ਮਾਂ ਦਾ ਦਰਜਾ ਸਮਾਜ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਬੱਚੇ ਨੂੰ ਚੰਗੇ ਸੰਸਕਾਰ ਦਿੰਦੀ ਹੈ ਅਤੇ ਸਮਾਜ ਵਿੱਚ ਬੱਚੇ ਨੂੰ ਸਹੀ ਸੇਧ ਦੇ ਕੇ ਸਮਾਜ ਦੇ ਚੰਗੇ ਨਾਗਰਿਕ ਬਣਾਉਂਦੀ ਹੈ। ਸ਼੍ਰੀਮਤੀ ਬਿਮਲਾ ਦੇਵੀ ਜੈਨ ਵੀ ਸਮਾਜ ਦੀਆਂ ਅਜਿਹੀਆਂ ਹੀ ਮਾਵਾਂ ਵਿੱਚੋਂ ਸਨ। ਮਾਤਾ ਜੀ ਦੇ ਚੰਗੇ ਅਤੇ ਸੰਸਕਾਰੀ ਹੋਣ ਦਾ ਪਤਾ ਉਹਨਾਂ ਦੇ ਬੱਚਿਆਂ ਦੇ ਸੁਭਾਅ ਅਤੇ ਉਹਨਾਂ ਦੀ ਰਹਿਣੀ ਬਹਿਣੀ ਤੋਂ ਲੱਗਦਾ ਹੈ। ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ, ਪੜ੍ਹੇ ਲਿਖੇ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਉਹ ਆਪਣੀ ਮਾਤਾ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਨਾ ਖੱਟ ਰਹੇ ਹਨ। ਸ਼੍ਰੀਮਤੀ ਬਿਮਲਾ ਦੇਵੀ ਜੈਨ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੀਲ ਰਿਜ਼ੋਰਟ ਬਠਿੰਡਾ ਰੋਡ ਮਲੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਸ਼੍ਰੀਮਤੀ ਬਿਮਲਾ ਦੇਵੀ ਜੈਨ ਹੁਣਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ। ਜਿਸ ਘਰ ਮਾਂ ਨਹੀਂ ਹੁੰਦੀ, ਠੰਡੀ ਛਾਂ ਨਹੀਂ ਹੁੰਦੀ, ਪੁੱਤਰ ਭਾਵੇਂ ਜਾਨ ਵੀ ਮੰਗੇ ਮਾਂ ਕੋਲੋਂ ਨਾ ਨਹੀਂ ਹੁੰਦੀ। ਮਾਂ ਸੱਚੀ ਹਮਦਰਦੀ ਏ, ਬਾਕੀ ਸਭ ਖੁਦ ਗਰਜ਼ੀ ਏ। ਕਾਲੇ ਕੋਚੇ ਨੂੰ ਵੀ ਆਖੇ ਸੀਨੇ ਦੇ ਨਾਲ ਮਾਵਾਂ ਠੰਡੀਆਂ ਚਾਵਾਂ, ਮਾਵਾਂ ਠੰਡੀਆਂ ਚਾਵਾਂ, ਭਗਵਾਨ ਦੀਆਂ ਰਚਨਾਵਾਂ। ਮਾਂ ਦੇ ਕਦਮਾਂ ਦੇ ਥੱਲੇ ਨਾ ਤੱਤੀਆਂ ਲੱਗਣ ਗਵਾਂ, ਮਾਵਾਂ ਠੰਡੀਆਂ ਚਾਵਾਂ। ਯਾਦ ਤੇਰੀ ਜਦੋਂ ਆਉਂਦੀ ਹੈ ਅੱਖਾਂ ਨੂੰ ਛਲਕਾਉਂਦੀ ਹੈ, ਯਾਦ ਤੇਰੀ ਜਦ ਆਉਂਦੀ ਹੈ ਅੱਖਾਂ ਨੂੰ ਛਲਕਾਉਂਦੀ ਹੈ। ਤੇਰੀ ਇਹ ਤਸਵੀਰ ਨੀ ਮਾਂ ਸਾਨੂੰ ਬੜਾ ਰਵਾਉਂਦੀ ਹੈ, ਤੇਰੀ ਇਹ ਤਸਵੀਰ ਨੀ ਮਾਂ ਸਾਨੂੰ ਬੜਾ ਰਵਾਉਂਦੀ ਹੈ। ਤੇਰੇ ਬਿਨ ਦਿਲ ਲੱਗਦਾ ਨਹੀਂ, ਕੋਈ ਸਾਨੂੰ ਦੱਸਦਾ ਨਹੀਂ। ਮੈਂ ਆਪਣੀ ਪਿਆਰੀ ਮਾਤਾ ਨੂੰ ਕਿੱਥੋਂ ਲੱਭ ਲਿਆ ਮਾਵਾਂ। ਜਿਸਨੇ ਰਾਗ ਦੇਸ਼ ਕਾਮਾਦਿਕ ਜੀਤੇ, ਸਭ ਜਗ ਜਾਣ ਲਿਆ, ਸਭ ਜੀਵੋ ਕੋ ਮੋਕਸ਼ ਮਾਰਗ ਕਾ ਇਸ ਪੈ ਹੋ ਉਪਦੇਸ਼ ਦਿਆ। ਬੁੱਧ ਵੀਰ ਜਿਨ ਹਰਿ ਹਰ ਬ੍ਰਹਮ ਯਾ ਉਸ ਕੋ ਸਵਾਦੀਨ ਕਹੋ, ਭਕਤਿ ਭਾਵ ਸੇ ਪ੍ਰੇਰਿਤ ਹੋਇ ਚਿੱਤ ਸਤ ਮੇ ਲੀਨ ਰਹੋ। ਵਿਸ਼ਿਓ ਕੀ ਆਸ਼ਾ ਨਹੀਂ ਜਿਨ ਕੇ ਸਾਮਯ ਭਾਵ ਧਨ ਰੱਖਦੇ ਹੈ, ਨਿਜ ਪਰ ਕੇ ਹਿਤ ਸਾਧਨ ਮੇ ਜੋ ਇਸ਼ ਦਿਨ ਤਤਪਰ ਰਹਿਤੇ ਹੈ। ਸਵਾਰਥ ਤਿਆਗ ਕੀ ਕਠਿਨ ਤਪੱਸਿਆ ਬਿਨਾ ਖੇਦ ਜੋ ਕਰਤੇ ਹੈ, ਐਸੇ ਗਿਆਨੀ ਸਾਧੂ ਜਗਤ ਕੇ ਦੁੱਖ ਸਮੂਹ ਕੋ ਹਰਤੇ ਹੈ। ਰਹੇ ਸਦਾ ਸਤਸੰਗ ਉਨੀ ਕਾ ਧਿਆਨ ਉਨੀ ਕਾ ਨਿਤ ਰਹੇ, ਉਨੀ ਜੈਸੀ ਚਰਿਆ ਮੇ ਚਿੱਤ ਸਦਾ ਅਨੁਰਕ ਰਹੇ। ਨਹੀਂ ਸਤਾਓ ਕਿਸੀ ਜੀਵ ਕੋ ਝੂਠ ਕਭੀ ਨਹੀਂ ਤਾ ਕਰੂੰ, ਪਰ ਧਨ ਪਨਤਾ ਪਰ ਨ ਲੁਭਾਉਂ ਸੰਤੋਸ਼ਾ ਵਿਦ ਪਿਆ ਕਰੂੰ। ਅਹੰਕਾਰ ਕਾ ਭਾਵ ਨ ਰੱਖੂੰ ਨਹੀਂ ਕਿਸੀ ਪਰ ਕ੍ਰੋਧ ਕਰੂੰ, ਏਕ ਦੂਸਰੋ ਕੀ ਬੜਤੀ ਕੋ ਕਭੀ ਨ ਈਰਸ਼ੈ ਭਾਵ ਧਰੂੰ। ਰਹੇ ਭਾਵਨਾ ਐਸੀ ਮੇ ਸਰਲ ਸਤਿ ਵਿਵਹਾਰ ਕਰੂੰ, ਬਣੇ ਜਹਾਂ ਤੱਕ ਇਸ ਜੀਵਨ ਮੇ ਹੋਰੋਂ ਕਾ ਉਪਕਾਰ ਕਰੂੰ।
ਛਾਵਾਂ ਬੂਟਾ ਮੈਨੂੰ ਕਿਤੇ ਨਜ਼ਰੀ ਨਾ ਆਵੇ, ਜਿਸ ਤੋਂ ਲੈ ਕੇ ਸ਼ਾਮ ਉਦਾਰੀ ਰੱਬ ਨੇ ਸੁਰਗ ਬਣਾਏ। ਬਿਨ ਪਾਣੀ ਸੁੱਕ ਜਾਂਦੇ ਨੇ ਕੁੱਲ ਦੁਨੀਆ ਦੇ ਬੂਟੇ, ਇਹ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਹੈ ਠੰਡੀ ਸ਼ਾਮ ਦੁਨੀਆ ਵਾਲਿਓ, ਔਰ ਮਾਂ ਬਾਲਕ ਕੀ ਪਹਿਲੀ ਪਾਠਸ਼ਾਲਾ ਹੋਤੀ ਹੈ। ਤੋ ਮਾਤਾ ਸ਼੍ਰੀਮਤੀ ਬਿਮਲਾ ਦੇਵੀ ਜੈਨ ਨੇ ਵੀ ਆਪਣੇ ਬੱਚੋਂ ਮੇਂ ਜੋ ਸੰਸਕਾਰ, ਸੇਵਾ, ਸਮਰਪਣ, ਤਿਆਗ, ਬਲੀਦਾਨ, ਕਰੁਣਾ ਔਰ ਦੂਸਰੋ ਕੀ ਭਲਾਈ ਕਰਨੇ ਕਾ ਮੰਤਰ ਦਾਨ ਦੀਆ, ਆਜ ਭਲੇ ਹੀ ਉਨਕੇ ਬੜੇ ਪੁੱਤਰ ਪ੍ਰਵੀਨ ਜੈਨ ਜੀ ਹੋਂ, ਉਨਕੀ ਪਤਨੀ ਵੀਨਾ ਜੈਨ ਜੀ ਹੋਂ, ਉਨਕਾ ਬੇਟਾ ਅਭਿਨਵ ਜੋ MBA ਕਰ ਚੁੱਕਾ ਹੈ, ਲਿਪਿਕਾ ਜੋ MBA ਕਰ ਚੁੱਕੀ ਹੈ, ਉਸ ਮਾਂ ਕਾ ਆਸ਼ੀਰਵਾਦ ਸਨੇਹਾਸ਼ੀਸ਼ ਇਸ ਪਰਿਵਾਰ ਪਰ ਹੈ। ਉਨਕੇ ਦੂਸਰੇ ਬੇਟੇ ਪਵਨ ਜੈਨ, ਉਨਕੀ ਧਰਮ ਪਤਨੀ ਰੇਖਾ ਜੈਨ, ਬੇਟਾ ਅਭਿਮਨਿਊ ਜੋ ਯੂਨੀਵਰਸਿਟੀ ਆਫ ਵਿਰਜੀਨੀਆ USA ਮੇਂ MS ਇਨਵਾਇਰਮੈਂਟ ਕਰ ਰਹਾ ਹੈ, ਔਰ ਉਨਕੀ ਬੇਟੀ ਸੋਨਾਕਸ਼ੀ ਜੋ ਕੰਪਿਊਟਰ ਸਾਇੰਸ ਕਰ ਚੁੱਕੀ ਹੈ, ਨੋਇਡਾ ਮੇਂ ਨੌਕਰੀ ਪੇਸ਼ਾ ਹੈ। ਇਹ ਉਸ ਮਾਂ ਦੇ ਆਸ਼ੀਰਵਾਦ ਸਦਕਾ ਹੀ ਬੱਚੇ ਅੱਜ ਸਫਲਤਾ ਦੀਆਂ ਮੰਜ਼ਿਲਾਂ ਸਰ ਕਰ ਰਹੇ ਹਨ। ਇਹ ਪਾਰਸਚੰਦ ਜੈਨ ਜੀ ਦੀ ਉਹ ਤਪੱਸਿਆ ਹੈ, ਜਿਵੇਂ ਇੱਕ ਮਾਲੀ ਸਜਦਾ ਹੈ ਬਾਗ ਨੂੰ ਆਪਣੇ ਖੂਨ ਪਸੀਨੇ ਨਾਲ, ਔਰ ਬੜੇ ਸੋਹਣੇ ਫੁੱਲ ਖਿੜਦੇ ਨੇ ਅਤੇ ਉਹ ਫੁੱਲ ਸਾਨੂੰ ਸੰਦੇਸ਼ ਦਿੰਦੇ ਨੇ, ਡਾਲੀ ਨਾਲੋਂ ਸਾਨੂੰ ਤੋੜ ਨਾ ਸਕਣਾ, ਅਸੀਂ ਹੱਟ ਮਹਿਕ ਦੀ ਲਾਈ ਹੈ। ਇਸ ਪਰਿਵਾਰ ਦੇ ਬੱਚਿਆਂ ਨੇ ਉਹੀ ਹੱਟ ਲਾਈ ਹੈ, ਸੁਗੰਧ ਸੇ ਵਿਅਕਤਿਤਵ ਕੀ ਸੁਗੰਧ ਸੇ, ਆਪਣੇ ਸੁੰਦਰ ਪ੍ਰਤਿਭਾ ਕੇ ਬਲ ਪਰ ਉਹ ਮਲੋੜ ਹੀ ਨਹੀਂ ਬਲਕਿ ਪਰਿਕਸ਼ੇਤਰ ਮੇਂ ਚਾਰੋਂ ਔਰ ਆਪਣੇ ਦਾਦੀ ਕਾ ਨਾਮ ਰੋਸ਼ਨ ਕਰ ਰਹੇ ਹੈ। ਸ਼੍ਰੀਮਤੀ ਬਿਮਲਾ ਦੇਵੀ ਜੈਨ ਨੇ ਜੋ ਉਨਕੋ ਸੰਸਕਾਰ ਦੀਏ, ਛੋਟਾ ਬੇਟਾ ਸਤੀਸ਼ ਜੈਨ, ਉਨਕੀ ਧਰਮਪਤਨੀ ਡਿੰਪਲ ਜੈਨ, ਬੇਟਾ ਅਭੀ ਜਿਸਨੇ MBBS ਕੀਆ ਹੈ, ਦਿਵਿਆ ਉਨਕੀ ਪੋਤੀ ਜੋ LLB PU ਚੰਡੀਗੜ੍ਹ ਸੀ ਜਿਸਨੇ ਕੀ ਹੈ ਜਾਂ ਕਰ ਰਹੀ ਹੈ। ਮੇਰੀ ਬੜੀ ਅੰਮਾ, ਮੇਰੀ ਦਾਦੀ, ਸ਼ੀ ਵਾਜ਼ ਮੋਰ ਦੈਨ ਅ ਮਦਰ ਟੂ ਅਸ। ਦੋ ਚੀਜ਼ਾਂ ਨਾਲ ਉਹਨਾਂ ਨੂੰ ਸਭ ਤੋਂ ਵੱਧ ਪਿਆਰ ਸੀ, ਇੱਕ ਸਾਡੇ ਨਾਲ ਅਤੇ ਇੱਕ ਰੱਬ ਨਾਲ। ਉਹਨਾਂ ਦੇ ਹੱਥ ਦੀ ਬਣਾਈ ਚੂੜੀ ਅਤੇ ਉਹਨਾਂ ਦੀ ਆਲੂ ਦੀ ਸਬਜ਼ੀ, ਮੇਰੇ ਪਾਪਾ ਕਹਿੰਦੇ ਰਹਿੰਦੇ ਉਹਨਾਂ ਦੀ ਆਲੂ ਦੀ ਸਬਜ਼ੀ ਤਾਂ ਮੈਨੂੰ ਸਭ ਨਾਲ ਵਧੀਆ ਲੱਗਦੀ ਹੈ। ਆਈ ਕੈਨ ਗਰੰਟੀ ਯੂ ਫਾਈਵ ਸਟਾਰ ਕਾਂਟ ਮੈਚ ਇਟ। ਉਹ ਇੰਨੀ ਵਧੀਆ ਰੋਟੀ ਬਣਾਉਂਦੇ ਸੀਗੇ ਅਤੇ ਜਾਣ ਤੋਂ ਪਹਿਲਾਂ ਵੀ ਸਾਨੂੰ ਰੋਟੀ ਖਵਾ ਕੇ ਗਏ। ਸਾਰਾ ਦਿਨ ਉਹਨਾਂ ਨੇ ਘਰੇ ਕਰਦਾ ਰਹਿਣਾ, ਕਾਕੂ ਆਹ ਖਾ ਲਾ, ਕਾਕੂ ਮੇਰੇ ਕੋਲ ਬੈਠ ਜਾ, ਕਾਕੂ ਤੂੰ ਮੈਨੂੰ ਮਿਲਦਾ ਨਹੀਂ। ਇੰਨੀ ਵੱਡੀ ਸ਼ਖਸੀਅਤ ਸਾਡੇ ਨਾਲ ਰਹਿੰਦੇ ਸੀ, ਉਹਨਾਂ ਦੀ ਬਲੈਸਿੰਗ ਸੀ। ਸਾਰਾ ਦਿਨ ਮੈਨੂੰ ਕਹਿੰਦੇ ਰਹਿਣਾ, ਕਾਕੂ ਤੂੰ ਡਾਕਟਰ ਬਣ ਜਾਏਗਾ ਨਾ ਤਾਂ ਤੈਨੂੰ ਹੀ ਦਿਖਾਇਆ ਕਰੂੰਗੀ। ਇਟ ਵਾਜ਼ ਜਸਟ ਹਰ ਟਰੱਸਟ, ਹਰ ਬਲੈਸਿੰਗ, ਹਰ ਮੋਟੀਵੇਸ਼ਨ ਫੋਰ ਮੀ। ਇਹ ਚੀਜ਼ ਹੈ ਜੋ ਬਹੁਤ ਲੋਕਾਂ ਨੂੰ ਪਤਾ ਵੀ ਹੈ, ਉਹ ਕਦੇ ਕਿਸੇ ਨੂੰ ਲੜਦੇ ਨਹੀਂ ਸੀਗੇ, ਕਦੇ ਮੇਰੇ ਪਾਪਾ, ਕਦੇ ਮੈਨੂੰ, ਕਦੇ ਮੇਰੀ ਮੰਮਾ ਨੂੰ, ਕਦੇ ਕਦੇ ਕਿਸੇ ਨੂੰ ਵੀ ਲੜਿਆ ਉਹਨਾਂ ਨੇ, ਹਮੇਸ਼ਾ ਸਭ ਨਾਲ ਪਿਆਰ ਨਾਲ ਹੀ ਗੱਲ ਕਰਦੇ ਸੀਗੇ। ਵੈਸੇ ਤਾਂ ਇਹ ਪਰਿਵਾਰ ਇਲਾਕੇ ਦੇ ਗਿਣੇ ਚੁਣੇ ਪਰਿਵਾਰਾਂ 'ਚ ਇਸ ਪਰਿਵਾਰ ਦਾ ਨਾਂ ਆਉਂਦਾ ਹੈ, ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਸਾਡੀ ਵੀ ਇਸ ਪਰਿਵਾਰ ਨਾਲ ਬੜੇ ਲੰਬੇ ਸਮੇਂ ਤੋਂ ਬੜੀ ਡੂੰਘੀ ਸਾਂਝ ਰਹੀ ਹੈ, ਬੜਾ ਪਰਿਵਾਰਕ ਸੰਬੰਧ ਰਹੀ ਹੈ। ਕਈ ਵਾਰੀ ਮਾਤਾ ਜੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਵੀ ਮਿਲਿਆ। ਬਹੁਤ ਹੀ ਨੇਕ ਸੁਭਾਅ ਦੇ ਸਨ, ਮਿਲਾਪੜੇ ਸੁਭਾਅ ਦੇ ਸਨ, ਧਾਰਮਿਕ ਅਤੇ ਉੱਚੀ ਸੋਚ ਦੇ ਮਾਲਕ ਸਨ। ਅੱਜ ਵੀ ਪ੍ਰਵੀਨ ਜੀ ਨਾਲ ਗੱਲ ਹੋ ਰਹੀ ਸੀ, ਦੱਸ ਰਹੇ ਸਨ ਕਿ ਇਸ ਉਮਰ 'ਚ ਵੀ ਅਜੇ ਵੀ ਜਦੋਂ ਬੇਸਹਾਰਾ ਜਿਹੜੇ ਪਸ਼ੂ ਹੈ ਉਹਨਾਂ ਨੂੰ ਜੇ ਪੱਠੇ ਪਾਉਣੇ ਤਾਂ ਆਪਦੇ ਹੱਥੀਂ ਪਾ ਕੇ ਆਉਂਦੇ ਸੀ ਰੋਜ਼। ਇਹ ਨਹੀਂ ਵੀ ਕਿਸੇ ਦੀ ਡਿਊਟੀ ਲਾ ਰੱਖੀ ਸੀ ਜਾਂ ਕੋਈ ਹੋਰ ਪਾਉਂਦਾ ਸੀ, ਆਪਦੇ ਹੱਥੀਂ ਜਾ ਕੇ ਸੇਵਾ ਕਰਦੇ ਸੀਗੇ। ਅੰਤ ਮੇਂ ਮੈਂ ਆਪਣੀ ਬਾਣੀ ਕੋ ਇਨ੍ਹੀਂ ਸ਼ਬਦੋਂ ਸੇ ਵਿਰਾਮ ਲੂੰਗਾ। ਸਰਵੇ ਬਵੰਤੂ ਸੁਖਿਨਃ, ਸਰਵੇ ਸੰਤੂ ਨਿਰਾਮਯਾ, ਸਰਵੇ ਭਦ੍ਰਾਣੀ ਪਸ਼ਯੰਤੂ,
ਮਾਂ ਦਰਸ਼ਨ ਭਾਗੋ ਦੇ ਜੈਨ ਪਰਿਵਾਰ ਵੱਲੋਂ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਭੀ ਕੇ ਲਈ ਲੰਗਰ ਕਾ ਪ੍ਰਬੰਧ ਕੀਤਾ ਗਿਆ ਹੈ, ਸਾਰੇ ਭੋਜਨ ਛਕੇ ਜਾਣ ਅਸੀਂ, ਔਰ ਅੰਤ ਮੇਂ ਉਸ ਨਿਰਗੁਣ ਨਿਰਾਕਾਰ ਈਸ਼ਵਰ ਕੇ ਚਰਨ ਕਮਲੋਂ ਮੇਂ ਯਹਾਂ ਉਪਸਥਿਤ ਪ੍ਰਤੀਕ ਸਦਸਯ ਕੀ ਓਰ ਸੇ ਯਹੀ ਪ੍ਰਾਰਥਨਾ ਹੈ ਕਿ ਦਿਵੰਗਤ ਆਤਮਾ ਕੋ ਆਪਣੇ ਚਰਨ ਕਮਲੋਂ ਮੇਂ ਸਥਾਨ ਦੇ ਔਰ ਸ਼ੋਕ ਸੰਤਪਤ ਪਰਿਵਾਰ ਕੋ ਇਸ ਅਸੀਮ ਅਸਹਿ ਪੀੜਾ ਕੋ ਵਹਿਨ ਔਰ ਸਹਿਨ ਕਰਨੇ ਕਾ ਬਲ ਬਖਸ਼ੇ। ਓਮ ਸ਼ਾਂਤੀ ਸ਼ਾਂਤੀ।